ਆਤਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਹਣਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ 21805 ਨਾਮਾ ਕੇਸ 80 ਮਰੀਜ਼ਾਂ ਦੀ ਮੌਤ 37000 ਮਰੀਜ਼ ਠੀਕ ਟੈਸਟ ਜੇ ਗੱਲ ਕਰੀਏ ਟੈਸਟ ਕੀਤੇ ਗਏ ਨੇ 158700 ਦੀ ਪ੍ਰਸੀਬਿਤਾ 13.78 ਸਭ ਤੋਂ ਵੱਧ ਕੇਸ ਲੁੰਬਰ ਦੀਆਂ 2973 ਵੈਨਿਤ 2698 ਕੰਪਨੀਆਂ 2043 ਲਾਚਿਓ 1663 ਅਦੇ ਸਿਚੀਲੀਆ ਦੇ ਵਿੱਚ 1613 ਜਿਹੜੇ ਨਵੇਂ ਕੇਸ ਰਜਿਸਟਰ ਹੋਏ ਆਪਣੇ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾ ਜੋ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਤਿੰਨ ਮੁੰਡਿਆਂ ਦੇ ਉੱਤੇ ਬਿਜਲੀ ਡਿੱਗੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਹੀ ਸੀਰੀਅਸ ਕੰਡੀਸ਼ਨ ਦੇ ਵਿੱਚ ਤੇ ਬਿਜਲੀ ਡਿੱਗਣ ਦਾ ਕਾਰਨ ਹੈ ਜੀ ਪਹਾੜਾਂ ਦੇ ਵਿੱਚ ਇਹ ਜਾ ਰਿਹਾ ਸੀ ਸਾਈਕਲ ਤੇ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦਾ ਤੇ 25 ਤੋਂ 30 ਸਾਲ ਦੱਸੀ ਜਾ ਰਹੀ ਹੈ ਤੇ ਹੁਣ ਇਸ ਟਾਈਮ ਬਹੁਤ ਵੱਡਾ ਇੱਕ ਸਵਾਲ ਸਾਹਮਣੇ ਆ ਰਿਹਾ ਕਿ ਕੀ ਜਿਹੜੀ ਇਹ ਇਹਨਾਂ ਕੋਲ ਇਲੈਕਟ੍ਰੋਨਿਕ ਸਾਈਕਲਾਂ ਸਗੀਆਂ ਕੀ ਜਿਹੜੀ ਇਲੈਕਟ੍ਰੋਨਿਕ ਸਾਈਕਲ ਇਹਨੂੰ ਚਲਾਉਣ ਦੇ ਨਾਲ ਬਿਜਲੀ ਡਿੱਗ ਸਕਦੀ ਹੈ ਇਸ ਸਵਾਲ ਦਾ ਜਵਾਬ ਜਿਹੜੇ ਦੇ ਰਹੇ ਨੇ ਇਟਲੀ ਦੇ ਵਿੱਚ ਜਿਹੜੇ ਐਕਸਪੋਰਟ ਨੇ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਨੇ ਹੁਣ ਜਿਹੜਾ ਸਵਾਲ ਹੈ ਜੀ ਇਸ ਦਾ ਜਵਾਬ ਇਹ ਹੈ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟੋਟਲ ਰਿਸਰਚ ਕੀਤੀ ਗਈ ਹੈ ਕਿ ਹਰ ਸਾਲ 16 ਲੱਖ ਵਾਰ ਬਿਜਲੀ ਡਿੱਗਦੀ ਹੈ ਜ਼ਿਆਦਾਤਰ ਗਰਮੀਆਂ ਦਾ ਮੌਸਮ ਹੁੰਦਾ ਜਿਸ ਸਮੇਂ ਡਿੱਗਦੀ ਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ 2006 ਤੋਂ ਲੈ ਕੇ 2021 ਤੱਕ 2/3 ਜਿਹੜੀਆਂ ਮੌਤਾਂ ਹੋਈਆਂ ਨੇ ਚਾਹੇ ਅਮਰੀਕਾ 'ਚ ਹੋਣ ਚਾਹੇ ਦੁਨੀਆ ਦੇ ਕਿਸੇ ਵੀ ਪਾਸੇ ਹੋਣ ਅਮਰੀਕਾ ਦੇ ਵਿੱਚ ਇਹ ਦੱਸਿਆ ਗਿਆ ਇਹ ਹੋਈਆਂ ਜਿਸ ਸਮੇਂ ਬੰਦੇ ਜਾਂ ਮੱਛੀਆਂ ਫੜ ਰਹੇ ਸੀ ਜਾਂ ਸਪੋਰਟ ਕੋਈ ਖੇਡ ਖੇਡ ਰਹੀ ਜਾਂ ਫਿਰ ਸਮੁੰਦਰ ਕੰਢੇ ਆਰਾਮ ਨਾਲ ਲੰਮੇ ਪਏ ਸੀ ਜਾਂ ਫਿਰ ਆਪਣੀਆਂ ਕਿਸ਼ਤੀਆਂ ਚਲਾ ਰਹੇ ਸਨ ਹੁਣ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਬਿਜਲੀ ਨੂੰ ਆਕਰਸ਼ਿਤ ਕਰਦੀ ਹੈ ਜਿਸ ਤਰ੍ਹਾਂ ਕਿ ਸਾਡੇ ਕਿਹਾ ਜਾਂਦਾ ਹੈ ਕਿ ਕਾਲੇ ਕੱਪੜੇ ਦੇ ਉੱਤੇ ਬਿਜਲੀ ਪੈ ਸਕਦੀ ਹੈ ਇਥੇ ਇਟਲੀ ਦੀ ਆਪਾਂ ਇਟਲੀ ਦੀ ਗੱਲ ਕਰਦੇ ਹਾਂ ਇਟਲੀ ਦਾ ਸਿਸਟਮ ਹੈ ਸਿਰਫ ਜਿਸ ਦਾ ਨਾਮ ਹੈ ਸਿਸਟਮਾ ਇਟਾਲਿਆਨੋ ਰਿਲੇਵਮੈਂਟੂ ਫੂਲਮੇ ਜੋ ਕਿ ਬਿਜਲੀ ਪੈਣ ਦੇ ਕਾਰਨਾਂ ਨੂੰ ਦੇਖਦਾ ਉਹਨੇ ਦੱਸਿਆ ਕਿ ਹਰ ਉਹ ਚੀਜ਼ ਜੋ ਕਿ ਨਾਰਮਲ ਚੀਜ਼ ਤੋਂ ਉੱਚੀ ਆ ਉਸ ਦੇ ਉੱਤੇ ਬਿਜਲੀ ਪੈ ਸਕਦੀ ਹੈ ਐਗਜ਼ਾਮਪਲ ਦੇ ਲਈ ਜੇਕਰ ਇੱਕ ਪਲੇਨ ਜਗ੍ਹਾ ਆ ਇੱਕ ਮੈਦਾਨ ਇੱਕ ਫੁੱਟਬਾਲ ਦਾ ਮੈਦਾਨ ਉਹ ਬਿਲਕੁਲ ਪਲੇਨ ਆ ਉੱਥੇ ਜਿਹੜੀ ਸਭ ਤੋਂ ਉੱਚੀ ਚੀਜ਼ ਹੋਊਗੀ ਉਸ ਤੇ ਬਿਜਲੀ ਪੈਣ ਦਾ ਖਤਰਾ ਸਭ ਤੋਂ ਵੱਧ ਹੈ ਕਿਉਂਕਿ ਜਿਹੜੀ ਇਹ ਬਿਜਲੀ ਹੁੰਦੀ ਹੈ ਬਿਜਲੀ ਆਪਣੇ ਆਪ ਨੂੰ ਡਿਸਚਾਰਜ ਕਰਨ ਦੇ ਲਈ ਸਭ ਤੋਂ ਸੌਖਾ ਮਾਧਿਅਮ ਤਰੀਕਾ ਲੱਭਦੀ ਹੈ ਜੀ ਧਰਤੀ ਦੇ ਵਿੱਚ ਜਾਣ ਦਾ ਜੇਕਰ ਤੁਸੀਂ ਸੋਚਿਆ ਹੋਣਾ ਤਾਂ ਆਪਣੇ ਇੰਡੀਆ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਜਦੋਂ ਕੋਠੀਆਂ ਬਣਦੀਆਂ ਨੇ ਤਾਂ ਉਹਨਾਂ ਦੇ ਉੱਤੇ ਇੱਕ ਤਾਂਬੇ ਦੀ ਤਾਰ ਪਾਈ ਜਾਂਦੀ ਹੈ ਕਿ ਬਿਜਲੀ ਹੋਵੇ ਅਰਥ ਧਰਤੀ ਜੁੜਤਾ ਜਾਂਦਾ ਬਿਜਲੀ ਸਿੱਧੀ ਥੱਲੇ ਹੋ ਜਾਏ ਘਰ ਦਾ ਨੁਕਸਾਨ ਨਾ ਹੋਵੇ ਇਹ ਜਿਹੜੀ ਸੈਂਟੀਫਿਕ ਚੀਜ਼ ਆ ਜਿਸ ਤਰ੍ਹਾਂ ਜੀ ਅਸੀਂ ਦੇਖੀਏ ਸਾਈਕਲ ਜਿਹੜਾ ਹੁੰਦਾ ਸਾਈਕਲ ਚਾਹੇ ਲੋਹਾ ਹੋਵੇ ਉਹਦੇ ਵਿੱਚ ਚਾਹੇ ਐਲੂਮੀਨੀਅਮ ਹੋਵੇ ਸਾਈਕਲ ਦੇ ਵਿੱਚ ਲੱਗਾ ਹੋਇਆ ਲੋਹਾ ਜਾਂ ਐਲੂਮੀਨੀਅਮ ਬਿਜਲੀ ਨੂੰ ਨਹੀਂ ਖਿੱਚਦਾ ਪਰ ਜੋ ਉਸ ਸਾਈਕਲ ਨੂੰ ਚਲਾ ਰਿਹਾ ਉਹ ਜ਼ਰੂਰ ਖਿੱਚਦਾ ਕਿਉਂ ਕਿਉਂਕਿ ਜਿਹੜੇ ਤਾਂ ਸਾਈਕਲ ਦੇ ਪਾਰਟ ਹੁੰਦੇ ਨੇ ਉਹ ਕੰਡੈਸਰ ਬਣ ਜਾਂਦੇ ਆ ਬਹੁਤ ਵਧੀਆ ਤੇ ਬੰਦਾ ਆ ਬੰਦੇ ਦੇ ਵਿੱਚੋਂ ਬਿਜਲੀ ਆਰ ਪਾਰ ਹੋ ਸਕਦੀ ਆ ਜੇਕਰ ਇੱਕ ਜਗ੍ਹਾ ਆ ਉਸ ਜਗ੍ਹਾ ਦੇ ਆਲੇ-ਦੁਆਲੇ ਦਰਖਤ ਲੱਗੇ ਹੋਏ ਨੇ, ਦਰਖਤਾਂ ਦੇ ਗੱਭੇ ਕੋਈ ਬੰਦਾ ਹੋਵੇ ਤਾਂ ਦਰਖਤਾਂ ਨਾਲੋਂ ਬੰਦੇ ਦੇ ਉੱਤੇ ਬਿਜਲੀ ਡਿਗਣ ਦਾ ਖਤਰਾ ਜ਼ਿਆਦਾ। ਇਹ ਅਸੀਂ ਨਹੀਂ ਕਹਿ ਰਹੇ ਜੀ ਇਹ ਕਹਿ ਰਹੇ ਨੇ ਇਟਲੀ ਦੇ ਵਿੱਚ ਦੁਨੀਆ ਦੇ ਵਿੱਚ ਹੋ ਰਹੀਆਂ ਜਿਹੜੀਆਂ ਡਿੱਗਦੀਆਂ ਨੇ ਜਿਹੜੀਆਂ ਆਪਣੀਆਂ ਬਿਜਲੀ ਡਿੱਗਦੀਆਂ ਨੇ ਇਹਨਾਂ ਦੀਆਂ ਰਿਸਰਚਾਂ ਕਰ ਰਹੀਆਂ ਨੇ। ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਇਟਲੀ ਤੋਂ हट ਕੇ ਇਟਲੀ ਤੋਂ हट ਕੇ ਅਗਲਾ ਅਪਡੇਟ ਆਪਣਾ ਇਹ ਆ ਰਿਹਾ ਜੀ ਕਿ ਇੱਕ ਨਵੀਂ ਧਰਤੀ ਖੋਜੀ ਗਈ ਆ ਜੋ ਕਿ ਸਾਡੀ ਜਿਹੜੀ ਧਰਤੀ ਆ ਆਪਣੀ ਪ੍ਰਥਵੀ ਤੋਂ 70 70% ਜ਼ਿਆਦਾ ਵੱਡੀ ਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਇੱਕ ਇਹਦੀ ਇੱਕ ਇਹ ਵੀ ਇੱਕ ਸੂਰਜ ਦੇ ਆਲੇ ਦੁਆਲੇ ਚੱਕਰ ਮਾਰਦੀ ਹੈ ਇਹਦੇ ਇਹ ਜੋ ਧਰਤੀ ਆ ਇਹਦੇ ਵਿੱਚ ਵੀ ਸਮੁੰਦਰ ਨੇ ਜਿੱਦਾਂ ਕਿ ਸਾਡੀ ਧਰਤੀ ਤੇ ਸਮੁੰਦਰ ਤੇ ਇਹਦੇ ਵਿੱਚ ਵੀ ਬੰਦੇ ਹੋ ਸਕਦੇ ਨੇ ਜੀਵ ਹੋ ਸਕਦੇ ਆ ਸਾਡੇ ਵਾਂਗ ਉੱਥੇ ਵੀ ਇੱਕ ਪ੍ਰਜਾਤੀ ਹੋ ਸਕਦੀ ਹੈ ਪਰ ਇਹ ਧਰਤੀ ਤੋਂ ਕਿੰਨੀ ਦੂਰ ਇਹ ਧਰਤੀ ਤੋਂ 16 ਜਿਹੜਾ 16 100 ਪ੍ਰਕਾਸ਼ ਪ੍ਰਕਾਸ਼ ਸਾਲ ਜਿਹੜੀ ਆ ਧਰਤੀ ਤੋਂ ਦੂਰ ਆ ਮਤਲਬ ਕਿ ਸੂਰਜ ਦੀ ਜੇਕਰ ਅਸੀਂ ਸਪੀਡ ਨਾਲ ਚੱਲਦੇ ਆ ਤਾਂ 100 ਸਾਲ ਲੱਗਣਗੇ ਤੇ ਫਿਲਹਾਲ ਇਹਦੇ ਬਾਰੇ ਕੁਝ ਹੋਰ ਅਪਡੇਟ ਨਹੀਂ ਆਇਆ ਪਰ ਇੰਨਾ ਜ਼ਰੂਰ ਹੈ ਕਿ ਉੱਥੇ ਜੀਵ ਹੋ ਸਕਦੇ ਨੇ ਇਹ ਇੱਕ ਨਵੀਂ ਧਰਤੀ ਆ ਜੋ ਖੋਜੀ ਗਈ ਆ ਜੋ ਹੁਣ ਤੱਕ ਦੀ ਦੇਖ ਸਕਦੇ ਆ ਕਿ ਸਭ ਤੋਂ ਨਜ਼ਦੀਕ ਆ ਵਾਈਸਨਰ ਵਾਈਸਨਾਈਲ ਜਿਹੜਾ ਵਾਇਰਸ ਆ ਮੱਛਰਾਂ ਦੇ ਨਾਲ ਜਿੰਨਾ ਮੌਤ ਹੋ ਜਾਂਦੀ ਹੈ ਕਸਤਲਵੇਰ ਦੇ ਕਰਮੋਨਾਂ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਲੋਮਬਰਤੀਏ ਦੇ ਵਿੱਚ ਇਹ ਦੂਸਰੀ ਮੌਤ ਤੇ 70 ਸਾਲ ਦੀ ਉਮਰ ਦੇ ਜਿਹੜੀ ਮੌਤ ਹੋਈ ਹੈ। ਮੱਛਰਾਂ ਤੋਂ ਸਾਜ਼ਨ ਕਰਮੋਨ ਦੇ ਏਰੀਆ ਦੇ ਵਿੱਚ ਵੀ ਮੱਛਰ ਨੇ ਖਤਰਨਾਕ। 24 ਸਾਲ ਦੀ ਉਮਰ ਦੇ ਵਿੱਚ ਇੱਕ ਮੁੰਡੇ ਦੀ ਮੌਤ ਹੋਈ। ਮੌਤ ਹੋਈ ਹੈ 10 ਦਿਨ ਵੈਕਸੀਨ ਲਵਾਉਣ ਤੋਂ 10 ਦਿਨ ਬਾਅਦ ਹੀ ਮੌਤ ਹੋ ਗਈ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਜੋ 24 ਸਾਲ ਦਾ ਮੁੰਡਾ ਸੀ ਇਹਦੀ ਸਿਹਤ ਬਿਲਕੁਲ ਠੀਕ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਇਹਨੂੰ ਪ੍ਰੋਬਲਮ ਨਹੀਂ ਸੀ। ਹੁਣ ਇਨਕੁਆਰੀ ਜਿਹੜੀ ਕਰਨ ਦੀ ਜਿਹੜੀ ਜੱਜ ਨੇ ਇਨਕੁਆਰੀ ਕਰਨ ਦਾ ਆਰਡਰ ਦੇ ਦਿੱਤਾ ਕਿ ਇਨਕੁਆਰੀ ਕੀਤੀ ਜਾਵੇ ਕਿ ਅਸਲ ਦੇ ਵਿੱਚ ਕਾਰਨ ਕੀ ਹੈ ਜੀ ਉਹ ਚਵਾਲੀ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਜੀ ਇਹ ਘਟਨਾ ਇਦਾਂ ਵਾਪਰੀ ਹੈ 20 ਸਾਲ ਦੀ ਕੁੜੀ ਜਿਸ ਦਾ ਇੱਕ ਦੋਸਤ ਸੀ ਦੋਨਾਂ ਦੇ ਵਿੱਚ ਕੋਈ ਅਣਬਣ ਹੋ ਗਈ ਇਹਨਾਂ ਨੇ ਇੱਕ ਦੂਜੇ ਨੂੰ ਛੱਡਤਾ ਕਿ ਅੱਜ ਤੋਂ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਤੇਰੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਮੁੰਡੇ ਨੂੰ ਇਹ ਗੱਲ ਜਿਹੜੀ ਆ ਪਚੀ ਨਹੀਂ ਉਹ ਘਰੋਂ ਜੀ ਆਰੀ ਲੈ ਕੇ ਆ ਜਿਹੜੀ ਦਰਖਤ ਵੱਢਣ ਵਾਲੀ ਹੁੰਦੀ ਆਪ ਵੱਢਣ ਵਾਲੀ ਨਹੀਂ ਜਿਹੜੀ ਡੀਜ਼ਲ ਪਾ ਕੇ ਚੱਲਦੀ ਹੈ ਆਰੀ ਲੈ ਕੇ ਆ ਕਹਿੰਦਾ ਜਿਆਦਾ ਤੂੰ ਮੇਰੀ ਹੋ ਜਾ ਨਹੀਂ ਤਾਂ ਮੈਂ ਤੈਨੂੰ ਟੋਟੇ ਟੋਟੇ ਕਰ ਦੇਣਾ ਉਹਦੀ ਜਿਹੜੀ ਮੰਮੀ ਸੀ ਕੁੜੀ ਦੀ ਉਸਨੇ ਪੁਲਿਸ ਨੂੰ ਫੋਨ ਕੀਤਾ ਤੇ ਹੁਣ ਇਸ ਮੁੰਡੇ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜਿਸ ਟਾਈਮ ਔਰਤਾਂ ਤੇ ਹੱਥ ਝੱਕਿਆ ਜਾਂਦਾ ਜਾਂ ਫੇ ਔਰਤਾਂ ਨੂੰ ਡਰਾਇਆ ਧਮਕਾਇਆ ਜਾਂਦਾ ਉਸ ਸਿਚੁਏਸ਼ਨ ਦੇ ਕੋਲ ਜਿਹੜੀ ਪੁਲਿਸ ਇਟਲੀ ਦੀ ਹੈ ਉਹਦੇ ਕੋਲ ਖੁੱਲੇ ਅਖਤਿਆਰ ਨੇ ਕਿ ਉਹ ਆਪਣੇ ਹੱਥ ਖੋਲ ਸਕਣ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ ਉਸ ਦੀ ਵਰਤੋਂ ਕੀਤੀ ਜਾ ਸਕੇ ਪਰ ਮੂੰਹ ਤੇ ਹੈਲਮਟ ਪਾ ਕੇ ਤਾਂ ਜੋ ਬੰਦੇ ਨੂੰ ਪਤਾ ਨਾ ਲੱਗੇ ਕਿ ਇਹਦੇ ਘੁੱਟ ਪਈ ਆ ਲਾਸਟਲੀ ਅਪਡੇਟ ਵਾਲ ਚਲਦੇ ਆ ਜੋ ਕਿ ਬਹੁਤ ਹੀ ਅਫਸੋਸਜਨਕ ਖਬਰ ਆ ਰਹੀ ਹੈ ਜਿ ਲਿਵੋਰਨੋ ਦੇ ਵਿੱਚ ਇੱਕ ਫੈਮਿਲੀ ਦੇ ਵਿੱਚ ਬਹੁਤ ਮਾੜੀ ਦੁਰਘਟਨਾ ਹੋਈ ਹੈ ਇੱਕ ਦੁਰਘਟਨਾ ਹੋਈ ਹੈ ਕਿ 3 ਸਾਲ ਦਾ ਬੱਚਾ ਜਿਸ ਦੀ ਉਮਰ ਸੌਰੀ 3 ਸਾਲ ਵੀ ਨਹੀਂ ਸੀ ਪਛੀਨੇ ਦੇ ਵਿੱਚ ਡਿਗਣ ਦੇ ਨਾਲ ਉਸ ਦੀ ਮੌਤ ਹੋ ਗਿਆ ਉਹਦੇ ਵਿੱਚ ਪਛੀਨੇ ਚ ਡਿੱਗ ਕੇ ਤਰਨਾ ਨਾਣ ਕਰਕੇ 3 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਉਹ ਮੌਤ ਹੋ ਗਈ ਤੇ ਦੁਰਘਟਨਾ ਇਹ ਇਸ ਕਰਕੇ ਵੀ ਆ ਕਿਉਂਕਿ ਇਹ ਜਿਹੜੀ ਪੂਰੀ ਫੈਮਿਲੀ ਆ ਪੂਰੀ ਫੈਮਿਲੀ ਇੱਕ ਵਿਆਹ ਦੀ ਤਿਆਰੀ ਦੇ ਵਿੱਚ ਸੀ। ਅਤੇ ਵਿਆਹ ਦੀ ਤਿਆਰੀਆਂ ਦੇ ਵਿੱਚ ਸਾਰੇ ਜਾਣੇ ਰੁੱਝੇ ਹੋਏ ਸਨ ਬੱਚੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਬੱਚਾ ਹੈ ਆਪਣੇ ਦਾਦਾ-ਦਾਦੀ ਜਾਂ ਫਿਰ ਨਾਨਾ-ਨਾਨੀ ਇਹ ਹੁਣ ਇਹ ਨਹੀਂ ਪਤਾ ਜੀ ਕਿ ਇਹਨਾਂ ਦੇ ਕੋਲ ਸੀ ਕਿਉਂ ਨੋ ਨੋ ਨਾਨੀ ਦੱਸਿਆ ਗਿਆ। ਤੇ ਹੁਣ ਇਸ ਟਾਈਮ ਇਨਾਂ ਦੇ ਸਿਰ ਜਿਹੜਾ ਕੇਸ ਹੋਇਆ ਅਕਤੂਬਰ ਦੇ ਵਿੱਚ ਇਹਨਾਂ ਨੂੰ ਅਕਤੂਬਰ ਦੇ ਅਕਤੂਬਰ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ ਦੇਖਣਾ ਹੁਣ ਕੌਣ ਜ਼ਿੰਮੇਵਾਰ ਆ ਇਹਦਾ ਦਾਦਾ ਦਾਦੀ ਨਾਨਾ ਨਾਨੀ ਜਾਂ ਫਿਰ ਉਹ ਫੈਮਿਲੀ ਮੈਂਬਰ ਜਿਨ੍ਹਾਂ ਨੇ ਛੱਡਿਆ ਤਾਂ ਸੀ ਗੱਲ ਇਹ ਵੀ ਦੱਸੀ ਜਾਂਦੀ ਹੈ ਕਿ ਜਿਸ ਟਾਈਮ ਪੁਲਿਸ ਜਿਹੜੇ ਐਂਬੂਲੈਂਸ ਵਾਲੇ ਉੱਥੇ ਪਹੁੰਚੇ ਸਨ ਉਸ ਟਾਈਮ ਕੋਸ਼ਿਸ਼ ਕੀਤੀ ਗਈ ਬੱਚੇ ਨੂੰ ਬਚਾਉਣ ਦੀ ਪਰ ਬੱਚਾ ਨਹੀਂ ਬਚਿਆ ਇਹ ਆ ਜੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ 30000 ਦਾ ਜਿਹੜਾ ਮੂਹਤ ਉਹਦੀ ਖਬਰ ਤੁਹਾਨੂੰ ਅਸੀਂ ਸਵੇਰੇ ਹੀ ਸਭ ਤੋਂ ਪਹਿਲਾਂ ਦੱਸ ਦਿੱਤੀ ਜੇਕਰ ਅਮੇਲੀਆ ਰូមਾਨੀਆ ਦੇ ਵਿੱਚ ਤੁਹਾਡਾ ਹੀ ਜਗ੍ਹਾ ਹੈ ਤੁਸੀਂ ਰਹਿਣੇ ਆ ਇੱਕ ਘਰ ਖਰੀਦਣਾ ਚਾਹੁੰਦੇ ਆ ਤਾਂ ਅਮੇਲੀਆ ਰូមਾਨੀਆ ਦੇ ਵਿੱਚ 30000 ਰੁਪਏ ਤੁਹਾਨੂੰ ਮਿਲ ਸਕਦਾ 50000 ਜਿਹੜੀ ਆ ਈਜ਼ੇ ਤੁਹਾਡੀ ਘਟ ਚਾਹੀਦੀ ਆ ਉਮਰ ਤੁਹਾਡੀ 40 ਸਾਲ ਤਾਂ ਹੋਣੀ ਚਾਹੀਦੀ ਆ 40 ਸਾਲ ਤੋਂ ਉਮਰ ਘਾਟੋ ਆ ਈਜ਼ੇ 50 ਸਾਲ ਤੋਂ ਘਾਟੋ ਈਜ਼ੇ ਜਿਹੜੀ 50000 ਤੋਂ ਘਾਟਾ ਕੰਮ ਤੁਸੀਂ ਰੇਮੇਲੀਆ ਰូមਾਨੀਆ ਚ ਕਰਦੇ ਆ ਜਾਂ ਫਿਰ ਉੱਥੇ ਰਹਿਣੇ ਆ ਉਨਾ ਦੇ ਪਿੰਡ ਨੇ 121 ਪਿੰਡਾਂ ਜਿਨ੍ਹਾਂ ਦੇ ਵਿੱਚ ਘਰ ਲੈਣ ਦੇ ਲਈ 30000 ਰੁਪਏ ਤੱਕ ਮਿਲਦਾ ਘੱਟ ਤੋਂ ਘੱਟ 10000 ਵੱਧ ਤੋਂ ਵੱਧ 30000 50% ਤੁਹਾਡੇ ਘਰ ਦੀ ਖਰੀਦਣ ਦੀ ਜਿਹੜੀ ਰਕਮ ਉੱਥੇ ਸੂਬੇ ਵੱਲੋਂ ਦਿੱਤੀ ਜਾਂਦੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ